ਪੰਜਾਬ ਸਰਕਾਰ ਵੱਲੋਂ ਬੇਸ਼ੱਕ ਮਾਈਨਿੰਗ ਮਾਫੀਏ ਅਤੇ ਪੂਰੀ ਤਰ੍ਹਾਂ ਨਾਲ ਸ਼ਿਕੰਜਾ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਨੇ, ਪਰੰਤੂ ਜੇਕਰ ਜ਼ਮੀਨੀ ਪੱਧਰ ਦੀ ਗੱਲ ਕਰੀਏ ਤਾਂ ਅੱਜ ਵੀ ਨਜਾਇਜ਼ ਮਾਈਨਿੰਗ ਦਾ ਧੰਦਾ ਧੜੱਲੇ ਨਾਲ ਜਾਰੀ ਹੈ। ਜਦੋਂ ਮੀਡੀਆ ਵੱਲੋਂ ਹਲਕਾ ਗੜਸ਼ੰਕਰ ਦੇ ਨੰਗਲ ਰੋਡ 'ਤੇ ਪੈਂਦੇ ਪਿੰਡ ਸਦਰਪੁਰ ਦਾ ਦੌਰਾ ਕੀਤਾ ਗਿਆ ਤਾਂ ਕੰਢੀ ਕਨਾਲ ਨਹਿਰ ਨਜ਼ਦੀਕ ਕਈ ਏਕੜ ਰਕਬੇ 'ਚ ਮਾਈਨਿੰਗ ਮਾਫੀਏ ਵੱਲੋਂ 15 ਤੋਂ 20 ਫੁੱਟ ਤੱਕ ਦੀ ਨਜਾਇਜ਼ ਮਾਈਨਿੰਗ ਕੀਤੀ ਹੋਈ ਹੈ। ਨਜਾਇਜ਼ ਮਾਈਨਿੰਗ ਕਾਰਨ ਪਿੰਡ ਵਾਸੀਆਂ 'ਚ ਵੀ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਅਤੇ ਲੋਕਾਂ ਦਾ ਕਹਿਣਾ ਕਿ ਗੈਰ ਕਾਨੂੰਨੀ ਮਾਈਨਿੰਗ ਸਰਕਾਰ ਅਤੇ ਪ੍ਰਸ਼ਾਸਨ ਦੀ ਇਮਲੀ ਭੁਗਤ ਨਾਲ ਵੱਡੇ ਪੱਧਰ 'ਤੇ ਧੜੱਲੇ ਨਾਲ ਚੱਲ ਰਹੀ ਹੈ ਅਤੇ ਵਿਭਾਗ ਵੀ ਕੁੰਭਕਰਨੀ ਨੀਂਦ ਸੁੱਤਾ ਹੋਇਆ। ਇਸ ਸੰਬੰਧੀ ਜਦੋਂ ਮਾਈਨਿੰਗ ਵਿਭਾਗ ਦੇ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਵੀ ਮੰਨਿਆ ਗਿਆ ਕਿ ਨਜਾਇਜ਼ ਮਾਈਨਿੰਗ ਹੋਈ ਹੈ ਅਤੇ ਵਿਭਾਗ ਇਸ 'ਤੇ ਕਾਰਵਾਈ ਜ਼ਰੂਰ ਕਰੇਗਾ। ਹੁਣ ਵੇਖਣਾ ਹੋਵੇਗਾ ਕਿ ਸੱਚਮੁੱਚ ਮਾਈਨਿੰਗ ਮਹਿਕਮਾ ਮਾਫੀਏ 'ਤੇ ਕਾਰਵਾਈ ਕਰਦਾ ਜਾਂ ਫਿਰ ਨਹੀਂ। ਫਿਲਹਾਲ ਇਹ ਤਾਂ ਸਮਾਂ ਹੀ ਦੱਸੇਗਾ। ਗੜਸ਼ੰਕਰ ਤੋਂ ਹੁਸ਼ਿਆਰਪੁਰ ਦੇ ਉਸਦੇ ਨਾਲ ਸੰਜੀਵ ਕੁਮਾਰ ਦੀ ਰਿਪੋਰਟ। ਮੈਂ ਕਾਮਰੇਡ ਮਹਿੰਦਰ ਕੁਮਾਰ ਬੱਡੂਆਣ। ਅੱਜ ਅਸੀਂ ਜਿਹੜੀ ਸਰਕਾਰ ਮੌਕੇ ਦੀ ਆਈ ਹੈ, ਜਿਹੜੀ ਕਹਿੰਦੀ ਬਦਲਾਅ ਲਿਆਉਣਾ, ਅੱਜ ਇਹ ਸਰਕਾਰ ਜਿਸ ਨੇ ਇਹ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੋਊਗਾ ਅਤੇ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਹੈ ਇਹ ਬੰਦ ਹੋਏਗੀ। ਅੱਜ ਨਾ ਭ੍ਰਿਸ਼ਟਾਚਾਰ ਮੁਕਤ ਹੋਇਆ ਪੰਜਾਬ, ਨਾ ਗੈਰ ਕਾਨੂੰਨੀ ਮਾਈਨਿੰਗ ਖਤਮ ਹੋਈ ਆ, ਬੰਦ ਨਹੀਂ ਹੋਈ। ਹੁਣ ਆ ਜਿਹੜੀਆਂ ਨਾਲ ਨਾਲ ਸਦਰਪੁਰ ਦੇ ਨਾਲ ਪਹਾੜੀਆਂ, ਰਾਮਪੁਰ ਬਿਲਡ ਦੇ ਨਾਲ ਨਾਲ ਪਹਾੜੀਆਂ, ਜਿੰਨਾ ਇਹ ਉੱਪਰਲਾ ਏਰੀਆ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਆ। ਜੰਗਲ ਵੱਢੇ ਜਾ ਰਹੇ ਆ, ਪਹਾੜੀਆਂ ਕੱਟੀਆਂ ਜਾ ਰਹੀਆਂ, ਟਿੱਪਰ ਜਿਹੜੇ ਆ ਉਹ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਆ, ਜਿੱਥੇ ਸੜਕਾਂ ਤਬਾਹ ਹੋ ਰਹੀਆਂ, ਨਹਿਰ ਦੀਆਂ ਪਟੜੀਆਂ ਤਬਾਹ ਹੋ ਰਹੀਆਂ, ਤੇ ਜੰਗਲ ਜਿਹੜੇ ਆ, ਜਿਹੜੇ ਜੰਗਲਾਂ 'ਚ ਰਹਿੰਦੇ ਜਾਨਵਰ ਵਾ ਉਹ ਵੀ ਥੱਲੇ ਨੂੰ ਆਪਣਾ ਵਾਸਾ ਕਰ ਰਹੇ ਆ, ਥੱਲੇ ਨੂੰ ਆ ਰਹੇ ਆ ਪਲੈਨ ਏਰੀਏ 'ਚ। ਪਰ ਸਰਕਾਰਾਂ ਜਿਹੜੇ ਪਹਿਲਾਂ ਕਾਂਗਰਸ ਅਕਾਲੀ ਜੋ ਕੁਛ ਕਰਦੇ ਸੀ ਇਹ ਉਹਨਾਂ ਦੇ ਪਦ ਚਿੰਨ੍ਹਾਂ ਦੇ ਚੱਲਦੇ ਹੋਏ ਇਹ ਉਹੀ ਕੰਮ ਭ੍ਰਿਸ਼ਟਾਚਾਰ ਜਿਹੜਾ ਹੈ ਗੈਰ ਕਾਨੂੰਨੀ ਮਾਈਨਿੰਗ 'ਚ ਤੇਜ਼ ਹੋਇਆ, ਅੱਗੇ ਨਾਲ ਵੀ ਵਧਿਆ ਹੈ। ਇਸ ਕਰਕੇ ਜਿਹੜੀਆਂ ਪਹਾੜੀਆਂ ਕੁਦਰਤੀ ਸੋਮੇ ਆ, ਜਿਹੜੇ ਲੋਕ ਵਪਾਰੀ ਜਿਹੜੇ ਸਰਕਾਰਾਂ ਨਾਲ ਮਿਲ ਕੇ ਇਹ ਕੰਮ ਕਰ ਰਹੇ ਆ, ਇਹ ਗੈਰ ਕਾਨੂੰਨੀ ਮਾਈਨਿੰਗ ਬੰਦ ਹੋਣੀ ਚਾਹੀਦੀ ਆ। ਜੰਗਲ ਬਚਣੇ ਚਾਹੀਦੇ ਆ, ਵਾਤਾਵਰਨ ਤਾਂ ਹੀ ਬਚੇਗਾ, ਜਿਹੜੇ ਹੜ੍ਹ ਵਾ ਇਹ ਤਾਂ ਹੀ ਰੋਕੇ ਜਾ ਸਕਦੇ ਆ ਜੇ ਪਹਾੜ ਰੋਕਣਗੇ, ਪਹਾੜਾਂ ਦੀ ਕਟਾਈ ਵਢਾਈ ਜਿਹੜੀ ਇਹ ਰੁਕੇਗੀ। ਇਸ ਕਰਕੇ ਇਹ ਸਰਕਾਰਾਂ ਵੀ ਪਹਿਲੀਆਂ ਸਰਕਾਰਾਂ ਨੂੰ ਵੀ ਨਿਖਿੱਧ ਸਾਬਤ ਹੋਈਆਂ, ਇਹ ਜਿਹੜੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ, ਟਿੱਪਰ ਚੱਲ ਰਹੇ ਆ, ਇਹ ਤੁਰੰਤ ਬੰਦ ਕਰਨੇ ਚਾਹੀਦੇ ਆ। ਜੇ ਸਰਕਾਰ ਨੇ ਪਹਿਲੀਆਂ ਸਰਕਾਰਾਂ ਵਾਂਗਰ ਭ੍ਰਿਸ਼ਟਾਚਾਰ ਕਰਕੇ ਇਹ ਬੇਈਮਾਨੀ ਕਰਕੇ ਇਹ ਜੰਗਲ ਵਢਾਣੇ ਆ, ਪਹਾੜ ਕੁਤਰ ਹੋਣੇ ਆ ਤੇ ਗੈਰ ਕਾਨੂੰਨੀ ਮਾਈਨਿੰਗ ਹੋਣੀ ਆ, ਇਹ ਜਿਹੜਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਲੜਾਂਗੇ, ਅਸੀਂ ਜਿਹੜੇ ਕੁਦਰਤੀ ਸੋਮੇ ਆ ਉਹਦੀ ਰਾਖੀ ਕਰਾਂਗੇ, ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਵੀ ਵਿੱਢਾਂਗੇ ਤਾਂ ਕਿ ਇਹ ਪਹਾੜੀਆਂ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ, ਧੜਾ ਧੜ ਚੱਲ ਰਹੇ ਟਿੱਪਰ, ਇਹਨਾਂ ਨੂੰ ਬੰਦ ਕੀਤਾ ਜਾਵੇ। ਜੇ ਬੰਦ ਨਾ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਸਾਡੀ ਤੇ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਕਰਕੇ ਅਸੀਂ ਸੰਘਰਸ਼ ਜਿਹੜਾ ਉਹ ਤੇਜ਼ ਕਰਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਨਮੋਲਪ੍ਰੀਤ ਹੈ। ਮੈਂ ਗੜਸ਼ੰਕਰ ਜਲ ਨਿਕਾਸ ਮਾਈਨਿੰਗ ਦੇ ਵਿੱਚ ਬਤੌਰ ਜਈ ਨੌਕਰੀ ਕਰਦਾ ਜੀ। ਸਾਨੂੰ ਇੱਥੋਂ ਲੋਕਲੋਂ ਖਬਰ ਮਿਲੀ ਸੀਗੀ ਜੀ, ਪੱਤਰਕਾਰ ਸਾਹਿਬ ਦਾ ਵੀ ਫੋਨ ਆਇਆ ਸੀ ਸਾਨੂੰ ਕਿ ਪਿੰਡ ਸਦਰਪੁਰ ਵਿਖੇ ਮਾਈਨਿੰਗ ਚੱਲ ਰਹੀ ਹੈ ਜੀ, ਅਤੇ ਉਸ ਤੋਂ ਬਾਅਦ ਆਪਾਂ ਮੌਕੇ 'ਤੇ ਜਾ ਕੇ ਜੀ ਵਿਜ਼ਿਟ ਵੀ ਕੀਤਾ। ਮੌਕੇ 'ਤੇ ਜਾ ਕੇ ਆਪਾਂ ਉਹਦਾ ਸਾਈਡ ਦਾ ਜਾਇਜ਼ਾ ਲਿਆ ਅਤੇ ਹੁਣ ਉੱਥੇ ਸਾਨੂੰ ਮੌਕੇ 'ਤੇ ਫਿਲਹਾਲ ਕੋਈ ਮਸ਼ੀਨਰੀ ਵਗੈਰਾ ਨਹੀਂ ਮਿਲੀ, ਅਤੇ ਇਸ ਲਈ ਹੁਣ ਆਪਾਂ ਆਪਣੇ ਰੈਵੇਨਿਊ ਡਿਪਾਰਟਮੈਂਟ ਵੱਲੋਂ ਉਹਦੀ ਮਾਲਕੀ ਜ਼ਮੀਨ ਮਾਲਕੀ ਦੀ ਡਿਟੇਲਸ ਕਢਾ ਕੇ
ਉੱਥੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ ਜੀ। ਤਕਰੀਬਨ ਕਿੰਨੇ ਖੇਤਾਂ ਦੇ ਵਿੱਚ ਹੋਈ ਹੈ ਇਹ? ਤਕਰੀਬਨ ਜੀ ਉੱਦਾਂ ਉੱਚੀ ਨੀਵੀਂ ਜ਼ਮੀਨ ਕਰਕੇ ਅੰਦਾਜ਼ਾ ਲਾਉਣਾ ਔਖਾ, ਬਟ ਤਕਰੀਬਨ 8 to 10 ਦੇ ਨੇੜੇ ਹੋ ਸਕਦੀ ਹੈ ਉਹ ਜ਼ਮੀਨ ਜੀ, ਅਤੇ ਕਿੱਲਿਆਂ 'ਚ, ਹਾਂਜੀ ਕਿੱਲਿਆਂ ਦੇ ਵਿੱਚ ਉਹ 8 to 10 ਕਿੱਲਿਆਂ ਦੇ ਨੇੜੇ ਹੋ ਸਕਦੀ ਹੈ ਜ਼ਮੀਨ। ਅਤੇ ਜਿੱਦਾਂ ਹੀ ਆਪਣੇ ਕੋਲ ਰੈਵੇਨਿਊ ਡਿਪਾਰਟਮੈਂਟ ਦੀਆਂ ਡਿਟੇਲਸ ਆਉਂਦੀਆਂ ਨੇ, ਆਪਾਂ ਉਹ ਡਿਟੇਲਸ ਦੇ ਬਿਹਾਫ 'ਤੇ ਬਣਦੀ ਕਾਨੂੰਨੀ ਕਾਰਵਾਈ ਕਰ ਦਿਆਂਗੇ ਜੀ।